ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਅਛੂਤੀਆਂ ਕਹਾਣੀਆਂ ਲੈ ਕੇ ਸਾਹਮਣੇ ਆਉਣਾ ਵਾਂ। ਅੱਜ ਫਿਰ ਖਾਲਸਾ ਰਾਜ ਫੁੱਟਸਟੈਪਸ ਲੈ ਕੇ ਤੁਹਾਡੇ ਸਾਹਮਣੇ ਫਿਰ ਮੈਂ ਹਾਜ਼ਰ ਹੋਇਆ ਵਾਂ। ਅੱਜ ਵਾਰ ਵਾਰ ਜਦੋਂ ਵੀ ਮੈਂ ਪਹਿਲੇ ਤਾਂ ਮੈਨੂੰ ਬੜਾ ਅਫਸੋਸ ਹੁੰਦਾ, ਲੇਕਿਨ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਮੈਂ ਗੁਰਪ੍ਰੀਤ ਸਿੰਘ ਘੁੱਗੀ ਦੇ ਪਿੰਡ ਆਇਆ ਹੋਇਆ ਵਾਂ, ਕੁੰਡਾ ਮੰਡਿਆਲਾ ਆਇਆ ਹੋਇਆ ਵਾਂ। ਅੱਜ ਮੈਂ ਡਿਸਟ੍ਰਿਕਟ ਨਾਰੋਵਾਲ ਦੇ ਅੰਦਰ ਰਈਆ ਖਾਸ ਤੋਂ ਤਕਰੀਬਨ 3.5 ਕੋਹ ਦੇ ਫਾਸਲੇ ਦੇ ਉੱਤੇ ਮਜਦ ਪਿੰਡ ਦੇ ਕੋਲ ਰਈਆ ਖਾਸ ਮੁਰੀਦਕੇ ਤੋਂ ਨਾਰੋਵਾਲ ਜਾਂਦਿਆਂ ਹੋਇਆਂ। ਕਦੀ ਇਹ ਏਰੀਆ ਗੁਰਦਾਸਪੁਰ ਡਿਸਟ੍ਰਿਕਟ ਦਾ ਹਿੱਸਾ ਹੁੰਦਾ ਸੀ, ਫਿਰ ਉਸ ਤੋਂ ਬਾਅਦ ਜਦੋਂ ਡਿਸਟ੍ਰਿਕਟ ਸਿਆਲਕੋਟ ਬਣੀ ਅਤੇ ਫਿਰ ਇਹ ਏਰੀਆ ਜਿਹੜਾ ਸੀ ਰਕਬੇ ਸਨ ਇਹ ਸਿਆਲਕੋਟ ਨੂੰ ਪੈ ਗਏ। ਸਿਆਲਕੋਟ ਤੋਂ ਬਾਅਦ ਫਿਰ ਡਿਸਟ੍ਰਿਕਟ ਨਾਰੋਵਾਲ ਬਣੀ ਅਤੇ ਨਾਰੋਵਾਲ ਦੇ ਵਿੱਚ ਆ ਗਏ। ਇੱਥੋਂ ਹਾਰਡਲੀ 8 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਜਿਹੜਾ ਗੁਰਦਾਸਪੁਰ ਦੀ ਬਾਉਂਡਰੀ ਹੈ, ਪਰਲੇ ਪਾਸੇ ਈਸਟ ਪੰਜਾਬ ਔਰ ਉਰਲੇ ਪਾਸੇ ਵੈਸਟ ਪੰਜਾਬ ਹੈ। ਇਹ ਕਾਰ ਜਿਹੜਾ ਇਹ ਤੁਸੀਂ ਦੇਖ ਰਹੇ ਹੋ, ਜਿਹੜੇ ਬਜ਼ੁਰਗ ਖਰੋਤੇ ਹੋਏ ਨੇ, ਇਹਨਾਂ ਦਾ ਨਾਮ ਹੈ ਮੁਹੰਮਦ ਸਦੀਕ। ਇਹ ਰਹਿੰਦੇ ਨੇ ਗੁਰਪ੍ਰੀਤ ਸਿੰਘ ਘੁੱਗੀ ਜੀ ਦੇ ਘਰ ਰਹਿੰਦੇ ਨੇ। ਇਹ ਉਹਨਾਂ ਦੇ ਫੋਰ ਫਾਦਰਸ ਦਾ ਘਰ ਹੈ। ਇਹ ਇੰਸਪੈਕਟਰ ਜਿਹੜਾ ਉਹਨਾਂ ਦਾ ਵਿਲੇਜ ਹੈ, ਜਿਹੜਾ ਇਹ ਵਿਲੇਜ ਲਾਈਫ ਹੈ, ਅੱਜ ਵੀ ਕੁਛ ਨਾ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਇੱਥੇ ਉਹ ਸਾਬਕਾ ਮਿਸਤਰੀ ਰਹਿੰਦੇ ਸੀ, ਉਹ ਚਲੇ ਗਏ ਇੰਡੀਆ 'ਚ, ਅਸੀਂ ਵੀ ਜਲੰਧਰ ਦੇ ਇਲਾਕੇ ਦੇ ਹਾਂ। ਇਹ ਦੇਖੋ ਤੁਸੀਂ, ਅੱਜ ਵੀ ਉਹ ਜਿਸ ਤਰ੍ਹਾਂ ਪਿੰਡਾਂ ਦਾ ਰਹਿਣ ਸਹਿਣ ਹੁੰਦਾ ਉਂਝ ਹੀ ਹੈ। ਇਹ ਸਦੀਕ ਸਾਹਿਬ ਨੇ ਜਿਹੜੇ ਕਿ ਇਸ ਵੇਲੇ ਹਾਲ ਮੁਕੀਮ ਗੁਰਪ੍ਰੀਤ ਸਿੰਘ ਘੁੱਗੀ ਦੇ ਘਰ ਰਹਿੰਦੇ ਨੇ, ਉਹਨਾਂ ਦੇ ਫੋਰ ਫਾਦਰਸ ਦੇ ਘਰ ਜਿਹੜਾ ਸੀ, ਖੈਰ ਘਰ ਤਾਂ ਕੱਚਾ ਸੀ, ਉਹ ਵਕਤ ਦੇ ਨਾਲ ਹੁਣ ਖਤਮ ਹੋ ਗਿਆ। ਜਦੋਂ ਗੁਰਪ੍ਰੀਤ ਘੁੱਗੀ ਇੱਥੇ ਪਾਕਿਸਤਾਨ ਆਏ ਸੀ ਤਾਂ ਉਹਨਾਂ ਨੇ ਵੇਖਿਆ ਸੀ ਹੈ। ਉਸ ਤੋਂ ਬਾਅਦ ਹੁਣ ਇਹਨਾਂ ਨੇ ਕਾਫੀ ਇਹਨੂੰ ਕੰਸਟਰਕਸ਼ਨ ਕੀਤੀ ਹੈ, ਚੇਂਜ ਕੀਤਾ ਹੈ ਨਾ ਘਰ ਨੂੰ। ਇਹ ਮੇਨ ਹੁਣ ਡਰਾਇੰਗ ਰੂਮ ਬਣਿਆ, ਇਹ ਦੇਖੋ ਤੁਸੀਂ, ਇਹ ਪਸ਼ੂਆਂ ਵਾਸਤੇ ਜਗ੍ਹਾ ਬਣਾ ਰੱਖੀ ਹੈ। ਬਹੁਤ ਅੱਛੇ ਲੋਕ ਨੇ ਇਹਨਾਂ ਦੇ ਘਰ, ਅਸੀਂ ਆਏ ਹਾਂ, ਸਾਨੂੰ ਇਹਨਾਂ ਨੇ ਅੱਗੋਂ ਜੀ ਆਇਆਂ ਨੂੰ ਕਿਹਾ, ਸਾਨੂੰ ਖਾਣ ਪੀਣ ਵੱਲੋਂ ਵੀ ਪੁੱਛਿਆ, ਲੇਕਿਨ ਸਮੇਂ ਦੀ ਬਹੁਤ ਕਮੀ ਹੈ, ਇਸ ਵਾਸਤੇ ਅਸੀਂ ਜਲਦ ਵਾਪਸ ਜਾਣਾ ਚਾਹੁੰਦੇ ਹਾਂ। ਇਹ ਉਹੀ ਪੁਰਾਣਾ ਦਰਵਾਜ਼ਾ ਹੈ ਘੁੱਗੀ ਜੀ, ਅਗਰ ਤੁਹਾਡੇ ਪੇਰੈਂਟਸ ਜਿਹੜੇ ਨੇ, ਅਗਰ ਉਹ ਜ਼ਿੰਦਾ ਨੇ, ਤਾਂ ਉਹ ਤੁਹਾਨੂੰ ਇਹ ਦਰਵਾਜ਼ਾ ਜਿਹੜਾ ਤੁਹਾਡੇ ਪੁਰਖਾਂ ਦੇ ਹੱਥ ਦਾ ਲੱਗਾ ਹੋਇਆ ਦਰਵਾਜ਼ਾ ਅੱਜ ਵੀ ਬਾਕੀ ਹੈ। ਅੱਛਾ ਜੀ, ਇਹ ਹੁਣ ਘਰ ਜਿਹੜਾ ਉਹ ਨਵੇਂ ਸਿਰੇ ਤੋਂ ਬਣ ਗਿਆ, ਵਾਹ ਜੀ ਵਾਹ, ਵਾਹ ਜੀ ਵਾਹ, ਬੜੀ ਸੋਹਣੀ ਚਿੱਤਰਕਾਰੀ ਹੋਈ ਹੈ ਦਰਵਾਜ਼ੇ ਦੇ ਉੱਤੇ। ਹਾਂ ਹਾਂ, ਗੁੱਡ, ਦਰਵਾਜ਼ਾ ਬੰਦ ਕਰੋ ਜ਼ਰਾ ਇੱਕ ਮਿੰਟ, ਬੰਦ ਕਰਿਆ ਜੀ। ਐਂ ਦੇਖੋ, ਇਹ ਘਰ ਜਿਹੜਾ ਗੁਰਪ੍ਰੀਤ ਸਿੰਘ ਘੁੱਗੀ ਜੀ ਦੇ ਘਰ ਦਾ ਦਰਵਾਜ਼ਾ ਹੈ। ਬਹੁਤ ਖੂਬਸੂਰਤ ਚਿੱਤਰਕਾਰੀ ਹੋਈ ਹੈ, ਪਤਾ ਲੱਗਦਾ ਦੇਖ ਕੇ ਕਿ ਵਾਕਈ ਕੋਈ ਚੀਜ਼ ਹੈ। ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰਨਾ ਵਾਂ ਦਿਖਾਉਣੇ ਦੀ, ਰੋਸ਼ਨੀ ਪਾ ਕੇ। ਹਾਂਜੀ, ਇਹ ਦੇਖੋ ਤੁਸੀਂ, ਰੋਸ਼ਨੀ ਕੰਮ ਹੋਣ ਪਾਰੋਂ ਜਿਹੜਾ ਘੱਟ ਨਜ਼ਰ ਆਏਗਾ, ਲੇਕਿਨ ਫਿਰ ਵੀ ਇਹ ਡਿਜ਼ਾਈਨ ਬਹੁਤ ਹੀ ਖੂਬਸੂਰਤ ਹੈ। ਗੁਰਪ੍ਰੀਤ ਜੀ, ਇਹ ਹੈ ਤੁਹਾਡੇ ਪੁਰਖਾਂ ਦੇ ਘਰ ਦਾ ਦਰਵਾਜ਼ਾ, ਜਿਹੜਾ ਕਿ ਆਪਣੀ ਓਰਿਜਿਨਲ ਹਾਲਤ ਦੇ ਵਿੱਚ ਅੱਜ ਵੀ ਆਪਣੀ ਸ਼ਾਨੋ ਸ਼ੌਕਤ ਦਿਖਾ ਰਿਹਾ। ਫਾਦਰਸ ਹਾਊਸ ਔਰ ਡੋਰ, ਗੁਰਪ੍ਰੀਤ ਸਿੰਘ ਘੁੱਗੀ ਕੁੱਲਾ ਮੰਡਿਆਲਾ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਸਦੀਕ ਸਾਹਿਬ ਅੱਜ ਕੱਲ੍ਹ ਹਾਲ ਮੁਕਾਮ ਇਸ ਘਰ ਦੇ ਵਿੱਚ ਰਹਿ ਰਹੇ ਨੇ, ਔਰ ਘਰ ਜਿਹੜਾ ਉਹ ਦੁਬਾਰਾ ਰੀਕੰਸਟਰਕਟ ਕੀਤਾ ਗਿਆ, ਪੁਰਾਣੇ ਸਿਰਫ ਦਰਵਾਜ਼ੇ ਹੀ ਬਚੇ ਨੇ। ਤਾਂ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।
save historical places of Pakistan.